ਤਾਂ ਇਸ ਵੇਲੇ ਦੀ ਵੱਡੀ ਖਬਰ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਸ਼ਹਿਰੀ ਰਿਆੜ ਦੇ ਖਿਲਾਫ ਕਾਂਗਰਸ ਦੇ ਵਿੱਚ ਕਾਰਵਾਈ ਹੋਈ ਹੈ। ਉਹਨਾਂ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ ਹੈ। ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਧੜੇਬੰਦੀ ਹੈ ਜਿਹੜੀ ਉਹ ਵਾਪਸ ਤੋਂ ਕਾਂਗਰਸ ਪਾਰਟੀ ਦੇ ਵਿੱਚ ਸਾਹਮਣੇ ਆ ਰਹੀ ਹੈ, ਜਿਸ ਤੋਂ ਬਾਅਦ ਹੁਣ ਨਵਜੋਤ ਸਿੱਧੂ ਦੇ ਕਰੀਬੀ ਦੇ ਖਿਲਾਫ ਕਾਰਵਾਈ ਹੋਈ ਹੈ। ਪੰਜਾਬ ਯੂਥ ਕਾਂਗਰਸ ਦੇ ਵੱਲੋਂ ਸ਼ਹਿਰੀ ਰਿਆੜ ਨੂੰ ਸ਼ੋਅ ਕਾਜ਼ ਨੋਟਿਸ ਆ ਜਿਹੜਾ ਉਹ ਕੱਢਿਆ ਗਿਆ ਹੈ, ਅਤੇ ਸੀਨੀਅਰ ਲੀਡਰਸ਼ਿਪ ਖਿਲਾਫ਼ ਬਿਆਨਬਾਜ਼ੀ ਕਰਨ ਨੂੰ ਲੈ ਕੇ ਉਹਨਾਂ ਤੋਂ ਜਵਾਬ ਮੰਗਿਆ ਗਿਆ ਹੈ, ਅਤੇ 3 ਦਿਨ ਦਾ ਸਮਾਂ ਜਿਹੜਾ ਉਹ ਸ਼ਹਿਰੀ ਰਿਆੜ ਨੂੰ ਦਿੱਤਾ ਗਿਆ ਹੈ। ਤਾਂ ਕਾਂਗਰਸ ਦੇ ਸਨੌਰ ਹਲਕੇ ਦੇ ਲੀਡਰ ਸ਼ਹਿਰੀ ਰਿਆੜ ਦੇ ਖਿਲਾਫ਼ ਕਾਰਵਾਈ ਹੋਈ ਹੈ। ਤਾਂ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਸ਼ਹਿਰੀ ਰਿਆੜ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਖੁੱਲ੍ਹ ਕੇ ਸਮਰਥਨ ਕੀਤਾ ਜਾ ਰਿਹਾ ਹੈ। ਵੱਖੋ ਵੱਖ ਨਿਊਜ਼ ਚੈਨਲਾਂ ਉੱਤੇ ਉਹਨਾਂ ਵੱਲੋਂ ਨਵਜੋਤ ਸਿੱਧੂ ਦੇ ਹੱਕ ਵਿੱਚ ਇੰਟਰਵਿਊ ਵੀ ਦਿੱਤੇ ਜਾ ਰਹੇ ਨੇ। ਇਸ ਦੇ ਨਾਲ ਹੀ ਸ਼ਹਿਰੀ ਰਿਆੜ ਦੇ ਵੱਲੋਂ ਪਟਿਆਲਾ ਦੇ ਵਿੱਚ ਨਵਜੋਤ ਸਿੱਧੂ ਦੇ ਸਮਰਥਨ ਦੇ ਪੋਸਟਰ ਨੇ ਜਿਹੜੇ ਉਹ ਵੀ ਲਗਾਏ ਗਏ ਸੀ, ਅਤੇ ਮਹਿਰਾਜ ਦੀ ਰੈਲੀ ਦੇ ਵਿੱਚ ਵੀ ਸ਼ਹਿਰੀ ਰਿਆੜ ਨਵਜੋਤ ਸਿੱਧੂ ਦੇ ਨਾਲ ਨਜ਼ਰ ਆਏ ਸੀ। ਜਿਸ ਤੋਂ ਬਾਅਦ ਹੁਣ ਉਹਨਾਂ ਦੇ ਖਿਲਾਫ਼ ਕਾਰਵਾਈ ਹੋਈ ਹੈ, ਕਿਉਂਕਿ ਵੱਖ ਵੱਖ ਚੈਨਲਾਂ ਉੱਤੇ ਉਹਨਾਂ ਨੇ ਇੰਟਰਵਿਊ ਆ ਜਿਹੜਾ ਉਹ ਦਿੱਤਾ ਸੀ, ਅਤੇ ਵੱਡੇ ਸਵਾਲ ਨੇ ਜਿਹੜੇ ਉਹ ਕਾਂਗਰਸ ਪਾਰਟੀ ਅੱਗੇ ਖੜ੍ਹੇ ਕੀਤੇ ਸੀ। ਜਿਸ ਤੋਂ ਬਾਅਦ ਹੁਣ ਸ਼ਹਿਰੀ ਰਿਆੜ ਦੇ ਖਿਲਾਫ਼ ਪੰਜਾਬ ਯੂਥ ਕਾਂਗਰਸ ਨੇ ਕਾਰਵਾਈ ਕੀਤੀ ਹੈ। ਉਹਨਾਂ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ, ਅਤੇ 3 ਦਿਨ ਦੇ ਵਿੱਚ ਉਹਨਾਂ ਕੋਲੋਂ ਜਵਾਬ ਦੀ ਮੰਗ ਕੀਤੀ ਗਈ ਹੈ। ਇਸ ਉੱਤੇ ਸ਼ਹਿਰੀ ਰਿਆੜ ਵੱਲੋਂ ਵੀ ਇੱਕ ਵੀਡੀਓ ਜਾਰੀ ਕੀਤੀ ਗਈ, ਅਤੇ ਉਹਨਾਂ ਨੇ ਇਹ ਗੱਲ ਆਖੀ ਕਿ ਕਾਂਗਰਸ ਪਾਰਟੀ ਹੁਣ ਯੂਥ ਕਾਂਗਰਸ ਦੇ ਮੋਢਿਆਂ ਉੱਤੇ ਰੱਖ ਕੇ ਚਲਾਉਣਾ ਚਾਹੁੰਦੀ ਹੈ। ਤਾਂ ਉਹਨਾਂ ਨੇ ਨਵਜੋਤ ਸਿੱਧੂ ਦੇ ਮਸਲੇ ਉੱਤੇ ਕਾਂਗਰਸ ਦੀ ਲੀਡਰਸ਼ਿਪ ਨੂੰ ਘੇਰਿਆ, ਅਤੇ ਨਾਲ ਹੀ ਇਹ ਗੱਲ ਵੀ ਆਖੀ ਕਿ ਨਵਜੋਤ ਸਿੱਧੂ ਵੱਲੋਂ ਪੰਜਾਬ ਦੇ ਏਜੰਡੇ ਦੀ ਗੱਲ ਕੀਤੀ ਜਾਂਦੀ ਹੈ। ਨਵਜੋਤ ਸਿੱਧੂ ਵੱਲੋਂ ਪੰਜਾਬ ਦੇ ਪਿੱਛੇ ਆਪਣੀ ਯੂਨੀਅਨ ਮਿਨਿਸਟਰੀ ਛੱਡੀ ਗਈ, ਇਸ ਦੇ ਨਾਲ ਹੀ ਉਹਨਾਂ ਨੇ ਹੋਰ ਵੀ ਕੁਰਬਾਨੀਆਂ ਪੰਜਾਬ ਦੇ ਲਈ ਕੀਤੀਆਂ, ਅਤੇ ਸ਼ਹਿਰੀ ਰਿਆੜ ਨੇ ਇਹ ਵੀ ਆਖਿਆ ਕਿ ਕਾਂਗਰਸ ਦੇ ਕਈ ਲੀਡਰਾਂ ਦੇ ਜਿਹੜੇ ਰਿਸ਼ਤੇਦਾਰ ਨੇ ਉਹ ਹੋਰ ਪਾਰਟੀਆਂ ਵਿੱਚੋਂ ਚੋਣ ਲੜ ਰਹੇ ਸੀ, ਆਜ਼ਾਦ ਚੋਣ ਲੜ ਰਹੇ ਸੀ, ਅਤੇ ਕਾਂਗਰਸ ਪਾਰਟੀ ਦੇ ਖਿਲਾਫ਼ ਸੀ। ਕਾਂਗਰਸ ਪਾਰਟੀ ਨੂੰ ਉਹਨਾਂ ਨੇ ਨੁਕਸਾਨ ਪਹੁੰਚਾਇਆ, ਅਤੇ ਉਹਨਾਂ ਨੇ ਇਹ ਗੱਲ ਵੀ ਆਖੀ ਹੈ ਕਿ ਮੈਂ ਨੋਟਿਸ ਦਾ ਜਵਾਬ ਲਿਖਤੀ ਤੌਰ 'ਤੇ ਦੇਵਾਂਗਾ ਕਾਂਗਰਸ ਪਾਰਟੀ ਅਤੇ ਯੂਥ ਕਾਂਗਰਸ ਮੈਨੂੰ ਫਿਰ ਮੇਰੇ ਉਸ ਜਵਾਬ ਦਾ ਵੀ ਜਵਾਬ ਦੇਵੇ। ਇਹ ਗੱਲ ਵੀ ਉਹਨਾਂ ਵੱਲੋਂ ਆਖੀ ਗਈ ਹੈ। ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਮਨਸਿਮਰਤ ਸਿੰਘ ਸ਼ਹਿਰੀ ਰਿਆੜ ਦਾ, ਆਓ ਦੇਖਦੇ ਹਾਂ। ਬੜੀ ਹੈਰਾਨਗੀ ਦੀ ਗੱਲ ਹੈ ਕਿ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਹੈ ਜਿਹੜੀ ਉਹ ਹੁਣ ਯੂਥ ਕਾਂਗਰਸ ਦੇ ਮੋਢਿਆਂ 'ਤੇ ਰੱਖ ਕੇ ਚਲਾਉਣਾ ਚਾਹੁੰਦੀ ਹੈ। ਮੈਨੂੰ ਯੂਥ ਕਾਂਗਰਸ ਵਾਲਿਆਂ ਨੇ ਇੱਕ ਨੋਟਿਸ, ਸ਼ੋਅ ਕਾਜ਼ ਨੋਟਿਸ ਭੇਜਿਆ ਕਿ 3 ਦਿਨਾਂ ਦੇ ਵਿੱਚ ਜਵਾਬ ਦਿਓ, ਤੁਸੀਂ ਵੱਡੇ ਲੀਡਰਾਂ ਦੇ ਬਾਰੇ ਕੁਛ ਵੀਡੀਓਜ਼ ਟਿੱਪਾ ਟਿੱਪਣੀ ਕਰ ਰਹੇ ਹੋ। ਮੈਂ ਇਸ ਚਿੱਠੀ ਦਾ ਸਵਾਗਤ ਕਰਦਾ ਅਤੇ ਮੈਂ ਧੰਨਵਾਦ ਕਰਦਾ ਯੂਥ ਕਾਂਗਰਸ ਵਾਲਿਆਂ ਦਾ, ਮੋਹਿਤ ਮਹਿੰਦਰਾ ਦਾ, ਕਿ ਉਹਨਾਂ ਨੇ ਮੈਨੂੰ ਇਸ ਚਿੱਠੀ ਲਿਖੀ, ਕਿਉਂਕਿ ਮੈਨੂੰ ਮੌਕਾ ਦਿੱਤਾ। ਹੁਣ ਮੈਂ ਇਸ ਚਿੱਠੀ ਦਾ ਜਵਾਬ ਬਿਲਕੁਲ ਦੇਊਂਗਾ, ਠੋਕ ਵਜਾ ਕੇ ਦੇਊਂਗਾ, ਅਤੇ ਮੈਂ ਇਸ ਚਿੱਠੀ ਦੇ ਵਿੱਚ ਦੱਸੂੰਗਾ ਕਿ ਹੁਣ ਤੱਕ ਇਨਡਿਸਿਪਲਿਨ ਕਿਹਨੇ ਕਿਹਨੇ ਕੀਤਾ ਅਤੇ ਕਿਹਦੇ ਕਿਹਦੇ 'ਤੇ ਕਾਰਵਾਈ ਨਹੀਂ ਹੋਈ। ਪੰਜਾਬ ਕਾਂਗਰਸ ਨੂੰ ਹਰਾਉਣ ਦਾ ਅਸਲੀ ਕਾਰਨ ਕੀ ਸੀਗਾ? ਜਦੋਂ ਤੁਸੀਂ 1978 ਤੋਂ 2018 ਦੀ ਗੱਲ ਕਰਦੇ ਹੋ ਨਾ, ਸਰਦਾਰ ਨਵਜੋਤ ਸਿੰਘ ਸਿੱਧੂ 'ਤੇ ਉਂਗਲ ਚੱਕਦੇ ਹੋ, ਉਹਦਾ ਅਸਲੀ ਕਾਰਨ ਕੀ ਹੈ? ਕਿਹਦਾ ਭਾਈ ਆਜ਼ਾਦ ਖੜਾ ਹੋਇਆ, ਕਿਹਦਾ ਮੁੰਡਾ ਆਜ਼ਾਦ ਖੜਾ ਹੋਇਆ, ਕਿਹਦਾ ਭਾਈ ਬੀਜੇਪੀ ਤੋਂ ਖੜਾ ਹੋਇਆ? ਸਾਰੀਆਂ ਗੱਲਾਂ ਮੈਂ ਇਸ ਚਿੱਠੀ ਦੇ ਜਵਾਬ 'ਚ ਲਿਖੂੰਗਾ, ਅਤੇ ਮੈਂ ਇਹ ਆਸ ਵੀ ਕਰੂੰਗਾ ਯੂਥ ਕਾਂਗਰਸ ਤੋਂ, ਵੱਡੀ ਕਾਂਗਰਸ ਤੋਂ, ਕਿ ਉਹ ਮੇਰੀ ਚਿੱਠੀ ਦਾ ਜਵਾਬ ਫਿਰ ਮੈਨੂੰ ਦੇਣਗੇ, ਕਿਉਂਕਿ ਇਸ ਆਹ ਜਿਹੜੀ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਬੜੀ ਵਧੀਆ ਸ਼ੁਰੂਆਤ ਹੈ। ਜੇ ਇਹ ਲਿਖਣ ਦਾ ਮਾਦਾ ਰੱਖਦੇ ਨੇ ਤਾਂ ਸੁਣਨ ਦਾ ਵੀ, ਮੈਨੂੰ ਮੈਂ ਆਸ ਕਰਦਾ ਕਿ ਇਹ ਸੁਣਨ ਦਾ ਵੀ ਮਾਦਾ ਰੱਖਦੇ ਹੋਣਗੇ, ਅਤੇ ਆਪਾਂ ਹੁਣ ਇਸ ਚਿੱਠੀ ਦੇ ਰਾਹੀਂ ਇਹਨਾਂ ਦੀ ਅੱਖਾਂ ਖੋਲ੍ਹਣ ਦੀ ਕੋਸ਼ਿਸ਼ ਕਰੂੰਗਾ। ਜੇ ਉਹ ਮੇਰੀ ਚਿੱਠੀ ਜੇ ਪੜ੍ਹ ਲੈਣਗੇ
ਤਾਂ ਕਾਂਗਰਸ ਦੇ ਵਿੱਚ ਕਈ ਸੁਧਾਰ ਹੋ ਜਾਣਗੇ ਤੇ ਕਈ ਗੱਲਾਂ ਇਹੋ ਜਿਹੀਆਂ ਹੋ ਜਾਣਗੀਆਂ ਕਿ ਕਾਂਗਰਸ ਮੁੜ ਡਿਸਿਪਲਿਨਡ ਹੋ ਜੂਗੀ, ਮੁੜ ਲਈ ਤੇ ਖੜ ਜੂਗੀ ਤੇ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਜੇ ਪੰਜਾਬ ਸਾਥ ਦੇ ਰਿਹਾ ਤਾਂ ਉਹ ਸੱਚਾਈ ਤੇ ਦੇ ਰਿਹਾ, ਉਹ ਇਮਾਨਦਾਰੀ ਤੇ ਦੇ ਰਿਹਾ। ਉਹ ਜਦੋਂ ਆਪਾਂ ਮਾਫੀਆ ਮੁਕਤ ਪੰਜਾਬ ਦੀ ਗੱਲ ਕਰਦੇ ਸੀ ਉਹਦੇ ਤੇ ਦੇ ਰਿਹਾ। ਸਰਦਾਰ ਨਵਜੋਤ ਸਿੰਘ ਸਿੱਧੂ ਨੇ ਆਪਣੀ ਯੂਨੀਅਨ ਮਿਨਿਸਟਰੀ ਛੱਡੀ, PCC ਦੀ ਪ੍ਰਧਾਨਗੀ ਛੱਡੀ, ਕਈ ਅਹੁਦਿਆਂ ਨੂੰ ਲੱਤਾਂ ਮਾਰੀਆਂ, ਕਿਉਂ? ਪੰਜਾਬ ਵਾਸਤੇ, ਆਪਦੀ ਝੋਲੀ ਫੜਾਈ ਪੰਜਾਬ ਵਾਸਤੇ। ਤੇ ਮੈਂ ਆਸ ਕਰਦਾ ਇਹ ਤੁਹਾਨੂੰ ਯੂਥ ਕਾਂਗਰਸ ਵਾਲਿਓ, ਤੁਹਾਡੇ ਤੋਂ ਆਸ ਕਰਦਾ ਕਿ ਤੁਸੀਂ ਵੱਡੀ ਕਾਂਗਰਸ ਨੂੰ ਸ਼ੀਸ਼ਾ ਦਿਖਾਓਗੇ।